ਦਸ ਦਸ ਸੈਕਿੰਡ ਦੇਖੋ ਬਸ। ਹਾਂ ਕੌਣ ਤਾਂ ਇਹ 9ਵੀਂ ਪੰਜਾਬ ਰਾਜ ਗੱਤਕਾ ਐਸੋਸੀਏਸ਼ਨ ਦੇ ਕੰਪੀਟੀਸ਼ਨ ਹੋਣੇ ਆ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਹਿਬ ਬਠਿੰਡਾ ਵਿਖੇ। ਉਹਦੇ ਲਈ ਟੀਮਾਂ ਤਿਆਰ ਕਰ ਲਈ ਹਰੇਕ ਜ਼ਿਲ੍ਹੇ 'ਚੋਂ ਜਾ ਰਹੀਆਂ ਸੀਗੀਆਂ ਅਤੇ ਸਾਡੇ ਮੋਹਾਲੀ ਡਿਸਟ੍ਰਿਕਟ 'ਚੋਂ ਵੀ ਆਪਾਂ ਇੱਕ ਟੀਮ ਤਿਆਰ ਕਰਕੇ ਭੇਜ ਰਹੇ ਹਾਂ। ਬੱਚਿਆਂ 'ਚ ਦੇਖਣ ਨੂੰ ਉਤਸ਼ਾਹ ਬਹੁਤ ਵਧੀਆ ਮਿਲ ਰਿਹਾ। ਹਰੇਕ ਬੱਚਾ ਦੇਖੋ ਤੁਸੀਂ ਆਪਣਾ, ਚਾਹੇ 14 ਸਾਲ ਅੰਡਰ ਹੈਗਾ, 12 ਸਾਲ ਹੈਗਾ, 15 ਸਾਲ ਹੈਗਾ, ਸਾਰੇ ਬੱਚੇ ਆਪਣੇ ਮਨ ਮਰਜ਼ੀ ਨਾਲ, ਮਾਂ ਬਾਪ ਦੀ ਮਰਜ਼ੀ ਨਾਲ ਆ ਰਹੇ ਆ, ਬਹੁਤ ਉਤਸ਼ਾਹਿਤ ਹੋ ਕੇ ਇਸ ਚੀਜ਼ 'ਚ ਭਾਗ ਲੈ ਰਹੇ ਆ। ਦੇਖੋ ਉਪਰਾਲੇ ਆਪਾਂ ਆਪਣੇ ਸਾਲ 'ਚ ਜਿੱਦਾਂ ਹੁਣ ਪਿੱਛੇ ਜੇ ਆਪਾਂ ਵਿਸਾਖੀ 'ਤੇ ਗੱਤਕੇ ਦਾ ਕਰਾ ਕੇ ਆਉਂਦੇ ਹਾਂ ਕੰਪੀਟੀਸ਼ਨ ਟੀਮਾਂ ਦਾ, ਉਹਦੇ ਨਾਲ ਵੀ ਬੱਚਿਆਂ 'ਚ ਬਹੁਤ ਉਤਸ਼ਾਹਿਤ ਹੋਈ ਆ ਅਤੇ ਹੋਰ ਟੀਮਾਂ ਸਾਡੇ ਨਾਲ ਜੁੜੀਆਂ ਵੀ ਆ, ਪੰਜਾਬ ਪੂਰੇ ਪੰਜਾਬ ਲੈਵਲ ਤੋਂ ਟੀਮਾਂ ਆਈਆਂ ਸੀਗੀਆਂ ਸਾਡੇ। ਇਸ ਕਰਕੇ ਹਰ ਕੋਸ਼ਿਸ਼ ਸਾਡੀ ਰਹੇਗੀ ਕਿ ਹਰੇਕ 6 ਮਹੀਨੇ ਜਾਂ ਸਾਲ 'ਚ 1-2 ਪ੍ਰੋਗਰਾਮ ਇੱਦਾਂ ਦੇ ਕਰਦੇ ਰਹੀਏ, ਉਹਦੇ ਨਾਲ ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਸਾਨੂੰ ਮੌਕਾ ਮਿਲੂ। ਉਹਨਾਂ ਨੂੰ ਅਸੀਂ ਇਹੀ ਸ਼ਾਬਾਸ਼ੀ ਦੇ ਕੇ ਭੇਜ ਰਹੇ ਹਾਂ ਭਾਈ, ਅੱਛਾ ਤੁਸੀਂ ਪ੍ਰੈਕਟਿਸ ਕੀਤੀ ਹੈ ਤਾਂ ਉਹਨੂੰ ਕੰਪੀਟੀਸ਼ਨ 'ਚ ਅੱਛੇ ਹੁਨਰ ਦਿਖਾ ਕੇ ਆਓ ਤਾਂ ਮੈਡਲ ਜਿੱਤ ਕੇ ਆਓ, ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੋ, ਤੁਹਾਡੀ ਟੀਮ ਦਾ ਵੀ, ਸਾਡੇ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਦਾ ਵੀ ਨਾਮ ਰੋਸ਼ਨ ਹੋਊਗਾ। ਬੱਚਿਆਂ ਦੇ ਜਿਹੜੇ ਅੱਜ ਟ੍ਰਾਇਲ ਲਿੱਤੇ ਗਏ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ, ਇਹ ਗੁਰਦੁਆਰਾ ਸੱਚਾ ਧੰਨ 3B1 ਦੇ ਵਿੱਚ ਅੱਜ ਬੱਚਿਆਂ ਨੂੰ ਬੁਲਾਇਆ ਗਿਆ ਅਤੇ ਕਾਫੀ ਬੱਚਿਆਂ ਦੇ ਵਿੱਚ ਉਤਸ਼ਾਹ ਸੀਗਾ ਕਿ ਅਸੀਂ ਆਪਣੀ ਇਸ ਖੇਡ ਨੂੰ, ਗੁਰੂ ਦੀ ਖੇਡ ਨੂੰ ਲੈ ਕੇ ਵਧੀਆ ਪਰਫੋਰਮ ਕਰਨਾ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨਾ ਬੱਚਿਆਂ ਦੇ ਵਿੱਚ। ਅੱਜ ਉਹਨਾਂ ਨੂੰ ਇੱਥੋਂ ਅਸੀਂ ਇਹ ਸੁਨੇਹਾ ਦੇ ਕੇ ਭੇਜ ਰਹੇ ਹਾਂ ਕਿ ਬੱਚਿਓ, ਸਭ ਤੋਂ ਪਹਿਲਾਂ ਡਿਸਿਪਲਿਨ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਡਿਸਿਪਲਿਨ ਤੁਹਾਡਾ ਜ਼ਰੂਰੀ ਹੈ, ਤੁਸੀਂ ਡਿਸਿਪਲਿਨ 'ਚ ਰਹਿ ਕੇ ਕੰਮ ਕਰ ਰਹੇ ਹੋ ਤਾਂ ਅਤੇ ਆਪਣੀ ਮਿਹਨਤ ਦੇ ਨਾਲ, ਆਪਣੇ ਜਜ਼ਬੇ ਦੇ ਨਾਲ ਤੁਸੀਂ ਆਪਣੇ ਇਸ ਖੇਡ ਨੂੰ ਜਿਹੜਾ ਖੇਡਣ ਜਾ ਰਹੇ ਹੋ ਅਤੇ ਇੱਥੇ ਤੁਹਾਡਾ ਹੀ ਨਹੀਂ ਬਲਕਿ ਤੁਹਾਡੇ ਮਾਂ ਬਾਪ ਦਾ ਨਾਮ ਵੀ ਰੋਸ਼ਨ ਹੋਣਾ ਅਤੇ ਜ਼ਿਲ੍ਹੇ ਦਾ ਨਾਮ ਵੀ ਨਾਮ ਜਿਹੜਾ ਉਹ ਰੋਸ਼ਨ ਹੋਣਾ। ਅਤੇ ਸਾਡੇ ਮੋਹਾਲੀ ਜ਼ਿਲ੍ਹੇ ਦੀ ਜਿਹੜੀ ਗੱਤਕਾ ਐਸੋਸੀਏਸ਼ਨ ਹੈ ਉਹ ਹਰ ਪਲ ਇਹਨਾਂ ਬੱਚਿਆਂ ਦੇ ਲਈ ਖੜੀ ਹੈ ਔਰ ਇਹਨਾਂ ਨੂੰ ਵਧੀਆ ਸ਼ਸਤਰ ਲੈ ਕੇ ਦੇਣਾ, ਇਹਨਾਂ ਨੂੰ ਵਧੀਆ ਕੋਚ ਉਹਨਾਂ ਦੇ ਟਾਈਮ ਲੈ ਕੇ ਦੇਣੇ, ਇਹਨਾਂ ਨੂੰ ਵਧੀਆ ਕੈਂਪ ਕਰਵਾਉਣੇ, ਇਹਨਾਂ ਦੇ ਛੋਟੇ ਛੋਟੇ ਏਜ ਗਰੁੱਪ ਦੇ ਅਕੋਰਡਿੰਗਲੀ ਇਹਨਾਂ ਨੂੰ ਤਿਆਰ ਕਰਨਾ ਅਤੇ ਬੱਚਿਆਂ ਦੇ ਵਿੱਚ ਇੱਕ ਜਿਹੜਾ ਜਜ਼ਬਾ ਭਰਨਾ ਉਹ ਸਾਡਾ ਇੱਕ ਮੇਨ ਕਰਤੱਵ ਹੈ ਕਿ ਅਸੀਂ ਬੱਚਿਆਂ 'ਚ ਉਹ ਜਜ਼ਬਾ ਭਰ ਕੇ ਦੇਈਏ।
ਤਾਂ ਕਿ ਬੱਚੇ ਸਾਡਾ ਜਿੱਥੇ ਪੰਜਾਬ ਸਾਡਾ ਨਸ਼ਿਆਂ ਕਰਕੇ ਡੁੱਬ ਰਿਹਾ ਹੈ, ਨਸ਼ਿਆਂ ਕਰਕੇ ਸਾਡਾ ਪੰਜਾਬ ਬਦਨਾਮ ਹੈ, ਉੱਥੇ ਹੀ ਸਾਡੇ ਜਿਹੜੇ ਇਹ ਜੁਝਾਰੂ ਸਿੱਖ ਨੇ, ਬੱਚੇ ਨੇ, ਇਹ ਗੁਰੂ ਦੀ ਖੇਡ ਨਾਲ ਜੁੜ ਕੇ ਆਪਣੇ ਅਤੇ ਆਪਣੇ ਮਾਂ ਬਾਪ ਦਾ ਨਾਮ ਅਤੇ ਆਪਣੀ ਸਟੇਟ ਦਾ ਨਾਮ ਰੋਸ਼ਨ ਵੀ ਕਰ ਰਹੇ ਨੇ। ਇਹ ਵੀ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਬੱਚੇ ਇਸ ਖੇਡ ਨੂੰ ਲੈ ਕੇ ਅੱਗੇ ਵੱਧ ਰਹੇ ਨੇ। ਇਸ ਖੇਡ ਦੇ ਵਿੱਚ ਇੱਕ ਤਾਂ ਮਾਰਸ਼ਲ ਆਰਟ, ਮਤਲਬ ਕਿ ਜੋਸ਼, ਜਜ਼ਬਾ, ਕੋਈ ਵੀ ਚੀਜ਼ ਹੈ ਜੇ ਆਪਾਂ ਕੋਈ ਵੱਖਰੇ ਢੰਗ ਨਾਲ ਕਰਾਂਗੇ ਜਾਂ ਵੱਖਰੀ ਗੇਮ ਚੁਣਾਂਗੇ ਤਾਂ ਉਹਦੇ 'ਚ ਬੱਚੇ ਨੂੰ ਜਿਹੜਾ ਹੈ ਬਹੁਤ ਛੇਤੀ ਜਿਹੜਾ ਉਹਨੂੰ ਰਿਜ਼ਲਟ ਮਿਲਦੇ ਨੇ। ਔਰ ਇਸ ਖੇਡ ਦੇ ਵਿੱਚ ਕੋਈ ਛੇਤੀ ਛੇਤੀ ਆ ਵੀ ਨਹੀਂ ਰਹੇ ਜਿਹੜੇ ਆਪਾਂ ਕਹਿੰਦੇ ਵੀ ਹਰ ਇੱਕ ਬੰਦਾ ਵਿੱਚ ਵੜ ਜੂਗਾ। ਇਹਦੇ 'ਚ ਕੇਸਧਾਰੀ ਹੋਣਾ, ਸ਼ਸਤਰ, ਮਤਲਬ ਕਿ ਬਹੁਤ ਚੀਜ਼ਾਂ ਨੇ ਜਿਹੜੇ ਗੁਰੂ ਦੀ ਉਸ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਅਤੇ ਬੱਚਿਆਂ ਦੇ ਵਿੱਚ ਜਿਹੜੀ ਹੈ ਉਹਨਾਂ ਨੂੰ ਆਊਟਪੁੱਟ ਇਮੀਜੀਏਟ ਰਿਜ਼ਲਟ ਜਿਹੜੇ ਨੇ ਇਮੀਜੀਏਟ ਮਿਲਦੇ ਨੇ ਕਿਉਂਕਿ ਇਹ ਖੇਡ ਅਤੇ ਇਸ ਖੇਡ ਨੂੰ ਚੁਣਨਾ ਅਤੇ ਇਸ ਨੂੰ ਖੇਡਣਾ ਇਹ ਬਹੁਤ ਹੀ ਇੱਕ ਜਜ਼ਬੇ ਵਾਲੇ ਜਿਹੜੇ ਜੁਝਾਰੂ ਪਲੇਅਰ ਹੈ ਉਹਦੇ ਹਿੱਸੇ ਗੱਲਾਂ ਆਉਂਦੀਆਂ ਨੇ। ਬਿਲਕੁਲ ਜੀ, ਇਹ ਪੰਜਾਬ ਗੱਤਕਾ ਐਸੋਸੀਏਸ਼ਨ, ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਿਹੜਾ ਅਸੀਂ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਆਪਣਾ ਇਹਨਾਂ ਬੱਚਿਆਂ ਦੀ ਗ੍ਰੈਜੂਏਸ਼ਨ ਦਾ ਔਰ ਇਹਨਾਂ ਦੇ ਬੱਚਿਆਂ ਦੇ ਸਰਟੀਫਿਕੇਟ ਦਾ ਇਹ ਮੁੱਲ ਪੈ ਰਿਹਾ ਹੈ ਅਤੇ ਇਸੇ ਕਰਕੇ ਬੱਚਿਆਂ ਦੀ ਜਿਹੜਾ ਉਤਸ਼ਾਹਤ ਹੈ ਉਹ ਜ਼ਿਆਦਾ ਕਿ ਵੀ ਬਾਕੀ ਖੇਡਾਂ ਦੇ ਮੁਕਾਬਲੇ ਇਸ ਖੇਡ ਦੇ ਵਿੱਚ ਜਾਵੇ ਤਾਂ ਸਾਨੂੰ ਗ੍ਰੈਜੂਏਸ਼ਨ ਅਤੇ ਸਾਡਾ ਕੱਲ੍ਹ ਨੂੰ ਕਿਤੇ ਜੋਬ ਦੇ ਵਿੱਚ ਜਾਣਾ ਹੈ ਜਾਂ ਕਿਤੇ ਆਪਾਂ ਨੂੰ ਕੋਈ ਹੋਰ ਬੈਨੀਫਿਟ ਲੈਣੇ ਨੇ ਆਪਾਂ ਨੂੰ ਬੈਨੀਫਿਟ ਮਿਲ ਸਕਦੇ ਨੇ। ਜਿੱਥੇ ਆਪਾਂ ਬੱਚਿਆਂ ਨੂੰ ਇੱਥੇ ਸਟੇਟ ਲੈਵਲ 'ਤੇ ਆਪਾਂ ਖੇਲੋ ਇੰਡੀਆ ਦੇ ਵਿੱਚ ਵੀ ਸਾਡੇ ਬੱਚੇ ਗਏ ਨੇ, ਇਹਨਾਂ ਨੂੰ ਸਰਟੀਫਿਕੇਟ ਮਿਲੇ ਨੇ, ਉਹਨਾਂ ਦੇ ਵੀ ਸਰਟੀਫਿਕੇਟਾਂ ਦੀ ਜਿਹੜੀ ਵੈਲਿਊ ਉਹ ਹੈ ਸੈਂਟਰ ਲੈਵਲ ਤੱਕ ਸਾਰਾ ਜਿਹੜਾ ਸਾਡਾ ਅਪਰੋਚ ਕੀਤਾ ਹੋਇਆ ਉਹ ਬੱਚਿਆਂ ਨੂੰ ਬੈਨੀਫਿਟ ਮਿਲ ਰਿਹਾ ਅਤੇ ਇਹ ਬਹੁਤ ਹੀ ਵਧੀਆ ਇੱਕ ਸ਼ਲਾਘਾਯੋਗ ਕੰਮ ਵੀ ਹੈ। ਮੈਂ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੂੰਗਾ ਕਿ ਬੱਚਿਓ ਇਹ ਜਿਹੜੀ ਤੁਸੀਂ ਖੇਡ ਅੱਜ ਤੁਹਾਡਾ ਬਚਪਨੇ ਜਿਹੜਾ ਹਾਲੇ ਸਟਾਰਟ ਇਸ ਜਗ੍ਹਾ ਤੋਂ ਹੋ ਰਿਹਾ ਤਾਂ ਇਹਦਾ ਐਂਡ ਲਾਇਓ। ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਬਹੁਤ ਹੀ ਵਧੀਆ ਇੱਕ ਨਾਮ ਖੱਟੋਗੇ ਆਪਣੇ ਪੰਜਾਬ ਦਾ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੋਗੇ, ਇੰਡੀਆ ਦਾ ਨਾਮ ਰੋਸ਼ਨ ਕਰੋਗੇ। ਅਸੀਂ ਇਸ ਲੈਵਲ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ। ਸਾਡੀ ਜਿਹੜੀ ਹੈ ਮੋਹਾਲੀ ਗੱਤਕਾ ਐਸੋਸੀਏਸ਼ਨ ਵੱਲੋਂ ਪੂਰਾ ਸਾਡਾ ਤਨੋ ਮਨੋ ਧਨੋ ਅਸੀਂ ਇਹਨਾਂ ਬੱਚਿਆਂ ਦੀ ਸੇਵਾ ਲਈ ਹਰ ਟਾਈਮ ਹਾਜ਼ਰ ਸੀਗੇ ਅਤੇ ਹਾਜ਼ਰ ਰਹਾਂਗੇ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸਾਡੀ ਜਿਹੜੀ ਗੱਤਕਾ ਐਸੋਸੀਏਸ਼ਨ ਹੈ ਮੋਹਾਲੀ ਦੀ ਨਵੀਂ ਨਵੀਂ ਬਣੀ ਹੈ ਅਤੇ ਅਸੀਂ ਤਾਂ ਬਹੁਤ ਹੱਲਾਸ਼ੇਰੀ ਦੇਣ ਨੂੰ ਇਹਨੂੰ ਤਿਆਰ ਹਾਂ ਟੀਮ ਨੂੰ, ਕਿਉਂਕਿ ਸਾਡੀ ਟੀਮ ਬਹੁਤ ਵਧੀਆ ਪੁਰਾਣੀ ਟੀਮ ਹੈ, ਵਧੀਆ ਕੰਮ ਕਰਦੀ ਹੈ ਔਰ ਬੱਚਿਆਂ ਨੂੰ ਅਸੀਂ ਇਹੀ ਮੈਸੇਜ ਵੀ ਦਿੰਦੇ ਕਿਉਂਕਿ ਇਹ ਜਿਹੜੀ ਆਰਟ ਹੈ ਮਾਰਸ਼ਲ ਆਰਟ ਹੈ ਡਿਫੈਂਸ ਵਾਸਤੇ ਬਹੁਤ ਵਧੀਆ ਬੱਚਿਆਂ ਦੇ, ਔਰ ਤੁਸੀਂ ਦੇਖੋਗੇ ਕਿੱਥੇ ਜਿੱਥੇ ਵੀ ਬੱਚੇ ਦਾ ਬਾਣਾ ਹੁੰਦਾ ਬੜਾ ਸੋਹਣਾ ਲੱਗਦਾ ਔਰ ਉਹ ਬੱਚਾ ਨਸ਼ਿਆਂ ਤੋਂ ਦੂਰ ਚਲੇ ਜਾਂਦਾ। ਅਸੀਂ ਤੁਹਾਨੂੰ ਛੋਟੀ ਦਿੰਦੇ ਹਾਂ ਕਿ ਅਸੀਂ ਇਹ ਬੱਚੇ ਵਧੀਆ ਪਰਫਾਰਮ ਕਰਕੇ ਆਉਣ, ਅਸੀਂ ਆਉਂਦੇ ਇੱਕ ਪ੍ਰੋਗਰਾਮ ਵਧੀਆ ਰੱਖਾਂਗੇ। ਬਿਲਕੁਲ, ਬੱਚਿਆਂ ਨੂੰ ਅਤੇ ਉਹਨਾਂ ਦੇ ਮਾਂ ਬਾਪ ਨੂੰ ਉਤਸ਼ਾਹਿਤ ਕਰਨ ਲਈ ਔਰ ਸਾਡੇ ਕੋਚ ਸਾਹਿਬਾਨ ਨੂੰ, ਉਹਨਾਂ ਲਈ ਅਸੀਂ ਆਉਣ 'ਤੇ ਇੱਕ ਵਧੀਆ ਪ੍ਰੋਗਰਾਮ ਰੱਖਾਂਗੇ।
ਬੱਚੇ ਡਿਸਿਪਲਿਨ 'ਚ ਰਹਿਣ ਜੀ, ਜੋ ਗੇਮ ਦੇ ਰੂਲ ਨੇ ਟਾਈਮ ਟੂ ਟਾਈਮ ਚੇਂਜ ਹੁੰਦੇ ਨੇ ਉਹਨਾਂ ਨੂੰ ਅਡੋਪਟ ਕਰਨ, ਆਪਣੇ ਕੋਚਿਜ਼ ਦੀ ਇੱਜ਼ਤ ਕਰਨ ਔਰ ਗੇਮ ਦੇ ਪ੍ਰਤੀ ਪੂਰੇ ਸਮਰਪਿਤ ਰਹਿਣ।